ਵੈਲਕਮ ਆ ਜੀ ਤੁਹਾਡਾ ਅੱਜ ਦੇ ਵਲੌਗ 'ਚ ਸਵਾਗਤ ਕਰਦੇ ਹਾਂ ਦੋਸਤੋ। ਅੱਜ ਤੁਹਾਨੂੰ ਲੈ ਚੱਲਦੇ ਹਾਂ ਜੀ ਮੇਲਾ ਪਿੰਡ ਸੰਘਰਾਹੂਰ ਦਾ। ਅੱਜ ਤੁਹਾਨੂੰ ਦਿਖਾਉਂਦੇ ਹਾਂ ਜੀ ਮੇਲੇ ਦੀਆਂ ਰੌਣਕਾਂ ਅਤੇ ਮੇਲੇ ਦੇ ਵਿੱਚ ਜੋ ਕੁਝ ਵੀ ਹੋਇਆ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਹਾਂ। ਆਓ ਤੁਹਾਨੂੰ ਲੈ ਚੱਲਦੇ ਹਾਂ ਮੇਲੇ।
ਛੋਟੀ ਜੀ ਗੱਲ ਸੁਣਾਉਣੀ ਹੈ ਕਿਉਂਕਿ ਤੁਸੀਂ ਵੀ ਆਪਣੇ ਕਾਨੂੰਨਾਂ 'ਚ ਆਪਣੇ ਹੁਕਮਾਂ 'ਚ ਬੱਝੇ ਹੋਏ ਸਾਡਾ ਪ੍ਰੋਗਰਾਮ ਸੇਮ ਸੀ ਅਸੀਂ ਲੇਟ ਹੋ ਰਹੇ ਸੀ ਬਾਜੀ ਲੁਧਿਆਣੇ ਇਹ ਖਰੜ ਦੀ ਗੱਲ ਹੈ ਜਾਮ ਬਹੁਤ ਲੱਗਿਆ ਲੇਟ ਹੋਈ ਜਾਈ ਬਾਜੀ ਹੁਣ ਖੜੇ ਕਹੀ ਵੀ ਸਾਨੂੰ ਜਾ ਲੈਣ ਤੋਂ ਕਹਿੰਦੇ ਨਹੀਂ ਜੀ ਜਿੰਨੀ ਦੇਰ ਮੰਤਰੀ ਸਾਹਿਬ ਨਹੀਂ ਆਉਂਦੇ ਲੰਘਦੇ ਅਸੀਂ ਨਹੀਂ ਅਸੀਂ ਜਾਣ ਨਹੀਂ ਦੇ ਸਕਦੇ ਜੀ ਤੁਹਾਨੂੰ ਅਸੀਂ ਕਹਿੰਦੇ ਲੇਟ ਹੋ ਰਹੇ ਹਾਂ ਤੁਹਾਨੂੰ ਗਾਲਾਂ ਪੈਣੀਆਂ ਨਹੀਂ ਜੀ ਹੋ ਹੀ ਨਹੀਂ ਸਕਦਾ ਘੰਟੇ ਕੁ ਬਾਅਦ ਜਾ ਕੇ ਨਾ ਜਾਮ ਖੋਲੇ ਮੈਂ ਹੁਣ ਦੇਖਾਂ ਵੀ ਉਹ ਗੱਡੀਆਂ ਦੇ ਹੋਟਲ ਤਾਂ ਵੱਜੇ ਨਹੀਂ ਜੇ ਮੰਤਰੀ ਸਾਹਿਬ ਕਿੱਥੇ ਜਿੱਥੇ ਮੈਂ ਕਿਹਾ ਜਾਮ ਖੋਲ ਕੇ ਮੰਤਰੀ ਸਾਹਿਬ ਨਹੀਂ ਆਏ ਕਹਿੰਦੇ ਜੀ ਹੈਲੀਕਾਪਟਰ ਥੋੜ੍ਹੀ ਉੱਪਰ ਦੀ ਲੰਘ ਗਈ ਮੈਂ ਕਿਹਾ ਦੇਖੀ ਚੱਲੋ ਤੁਹਾਡਾ ਵੀ ਕੋਈ ਕਸੂਰ ਤੁਸੀਂ ਵੀ ਹੁਕਮ 'ਚ ਬੱਝੇ ਹੁੰਦੇ ਆ ਸੋ ਕੀ ਲਿਖਿਆ ਆਈ ਥਾਣੇਦਾਰਾ ਨਚਾਈ ਥਾਣੇਦਾਰਾ ਆਈ ਥਾਣੇਦਾਰਾ ਚੰਡੀਗੜ੍ਹ ਬੰਗਲਾ ਪੁਫਾਈ ਥਾਣੇਦਾਰਾ ਠੀਕ ਹੋ ਵੀਰੇ
ਮੇਰਾ ਵੀਰ ਹੈ ਜੀ ਸਾਡੇ ਪਰਿਵਾਰ ਚ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਕੁ ਸਾਲਾਂ ਬਾਅਦ ਮਿਲੇ ਹੋਵਾਂਗੇ ਪਹਿਲਾਂ ਸਾਡੇ ਨਾਲ ਕੰਮ ਕੀਤਾ ਵੀਰ ਨੇ ਨਾਮ ਤਾਂ ਭੁੱਲ ਗਏ ਪਰ ਸ਼ਕਲ ਯਾਦ ਹੈ ਹਾਂ ਰਕੇਸ਼ ਜੀ ਸਿੱਕ ਤਾੜੀ ਲਾ ਦੇ ਵੀਰ ਦੇ ਨਾਲ ਤੇ ਬਹੁਤ ਵਧੀਆ ਹੋਰ ਸ਼ੇਅਰ ਕਰਦੇ ਆ ਜੀ أمبر سريا أمبر
ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰੋ।